ਸਾਨੂੰ ਜਿਵੇਂ ਹੁਕਮ ਕਰਨਗੇ ਉਵੇਂ ਅਸੀਂ ਚੱਲਾਂਗੇ ਤੇ ਪਰ ਇਹ ਸਭ ਗੈਰ ਕਾਨੂੰਨੀ ਹੈ। ਸਰਕਾਰ ਮੰਗਾਂ ਮੰਨੇ ਜਿਹੜੀਆਂ ਉਸ ਸਮੇਂ ਮੋਰਚਾ ਮੁਲਤਵੀ ਹੋਇਆ ਸੀ ਉਹੀ ਮੰਗਾਂ ਸਾਡੀਆਂ ਕਿਸਾਨ ਜਿਹੜੇ ਸ਼ਹੀਦ ਕੀਤੇ ਯੂਪੀ ਦੇ ਵਿੱਚ ਤੇ ਉਹ ਗੁਨਾਹਗਾਰਾਂ ਨੂੰ ਫੜ ਕੇ ਅੰਦਰ ਕਰੇ, ਕਰਜ਼ਾ ਮੁਕਤੀ ਹੈ ਉਹ ਕਰੇ ਤੇ ਜਿਹੜਾ ਆਪਣੇ MSP ਆ ਉਹ ਲਾਗੂ ਕਰੇ। ਬਿਲਕੁਲ, ਤਾਂ ਇਹੀ ਚੀਜ਼ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ। ਤਾਂ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਿੱਛੇ ਹਟਿਆ ਜਾਵੇ, ਤਾਂ ਬੈਰੀਗੇਟਿੰਗ ਦੇ ਉੱਪਰ ਜਿਹੜੇ ਨੇ ਕਿਸਾਨ ਬੈਠੇ ਹੈਗੇ ਨੇ, ਤਾਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇੱਥੋਂ ਪਾਸੇ ਹੋਰ ਜਾਣ, ਤਾਂ ਪੁਲਿਸ ਫੋਰਸ ਜਿਹੜੀ ਹੈ ਉੱਥੇ ਬੈਠੀ ਹੋਈ ਹੈ। ਤਾਂ ਪੁਲਿਸ ਫੋਰਸ, ਤਾਂ ਬਾਬਾ ਜੀ ਅੱਗੇ 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 ਜਾਣਾ ਚਾਹੁੰਦੇ ਹੋ? ਹਾਂ ਜਾਵਾਂਗੇ। ਹਾਂ, ਅਜੇ ਅਜੇ ਇੰਤਜ਼ਾਰ ਕੀਤਾ ਜਾ ਰਿਹਾ ਕਾਫਲੇ ਦਾ? ਆਵਾਂਗੇ, ਨਹੀਂ ਜਾਂਦੇ ਪਿੱਛੇ। ਤੂੰ ਮਾਰ ਗੋਲੀ, ਮਾਰ ਬੈਰੀਗੇਟ ਜਾ, ਪਰ ਮਰਨਾ ਹੁਣ। ਹਾਂ, ਅੜੇਗੇ ਹਮੇ ਅੜੇਗੇ, ਪੰਜਾਬ ਹਰ ਖਾਲਿਸਤਾਨ ਹੈ, ਹੋਰ ਕੋਈ ਨਹੀਂ ਹੈ। ਹਾਂ, ਇਹ ਬਾਬਾ ਜੀ ਨੂੰ ਕਹਿ ਰਹੇ ਨੇ ਕਿ ਵੀ ਅਜੇ ਜਦੋਂ ਤੱਕ ਤੁਹਾਡੇ ਕਿਸਾਨ ਨੇਤਾ ਨਹੀਂ ਆਉਂਦੇ ਤਾਂ ਆ ਜਾਓ, ਤਾਂ ਇਹ ਆ ਜਾਓ ਬਜ਼ੁਰਗੋ। ਕਿਤਨੇ ਕੋ ਮਾਰੇਂਗੇ? ਇੱਕ ਮਾਰੇਂਗੇ, ਬਹੁਤ ਜੰਮੇਂਗੇ। ਆ ਜਾਓ ਬਾਬਾ ਜੀ, ਆ ਜਾਓ ਬਜ਼ੁਰਗੋ, ਕਿਸਾਨ ਨੇਤਾਵਾਂ ਨੂੰ ਆਲਾਂ ਦੋ। ਤਾਂ ਇਹ ਜਿਹੜਾ ਉਹ ਆਮੋ ਸਾਹਮਣੇ ਇੱਥੇ ਕਿਸਾਨ ਔਰ ਪੁਲਿਸ ਔਰ ਫੋਰਸ ਦੇ ਵੱਲੋਂ ਜਿਹੜੀ ਆ ਉਹ ਅਨਾਉਂਸਮੈਂਟ ਉੱਥੇ ਕੀਤੀ ਜਾ ਰਹੀ ਹੈ ਕਿ ਇੱਥੋਂ ਪਛਾਣ ਹਟ ਜਾਣ। ਤਾਂ ਇਹ ਹਾਲਾਤ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਪਰ ਬਣ ਗਏ ਨੇ, ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਤਾਂ ਕੁਝ ਹੀ ਦੇਰ ਦੇ ਵਿੱਚ ਵੱਡੇ ਕਾਫਲੇ ਇੱਥੇ ਪਹੁੰਚ ਜਾਣਗੇ।